अस्सलाम वालेकुम बेटा, क्या मोरे पास आओ ना जाना सुन लीजिए बड़ी गल ऐसे जमाता ना कोई होना नहीं पिंडा जो मेरा बेटा कोई है चीज नहीं भैया ये शहर के भाई पढ़े लिखे लोग वेख दिन भी कौन अच्छा उसने से खड़े असि नहीं वेख दे असि खड़े नु वेख ये चंगा है ना अपने इलाके से वेखो ना कि केड़े बंदे ने गल सुननी है और केड़ा बंदा कि ना यार जा पी लो उनके ने ज्यादा दी मेरे नाल ए हस्तियां मेरीयां पिछली दफा मैं 11:30 सौ मेरे जेडे आंटी सी हाला के पीटीआई तो बड़े 35-40 वोट ना बदले सारा 35-40-50 वोट ना साडे ना बदले बाकी जनाब सफर इकबाल खड़े ने उथे वकील दे मंत्री नु लेकिन ओ वकील इस नु अपना ना ताया चाचे समझ गए चलो गड्डिया सीधी कर लो इतना नहीं अपने सीधी गड्डी इतनी जानी
ਦੇ ਖਸੂਸੀ ਸਰਦਾਰ ਸਾਹਿਬ ਦੇ ਸਿਰ ਤੋਂ ਅੱਜ ਆਈ ਸਿਰ ਤੋਂ ਆਓ ਜੀ ਆਓ ਬੈਠੋ ਜੀ ਤੁਸੀਂ ਕਿਵੇਂ ਆਪਣੇ ਨਾਮ ਤੇ ਜ਼ਿੰਦਾਬਾਦ ਜੀ ਮਾਸ਼ਾਅੱਲਾ ਜੀ ਖੁਸ਼ਾਮਦ ਜੇ ਕਰਦੀ ਅਗਰ ਤਬੀਅਤ ਖੁਸ਼ ਹੈ मैं नहीं चाहती कि
ਕਿਸੇ ਹੋਰ ਦੇ ਨਾਲ ਹੋਵੇ ਮੇਰੀ ਜੰਗ ਜ਼ਾਲਮਾਂ ਦੇ ਨਾਲ ਹੈ ਔਰ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਮਿਲ ਕੇ ਲੜਨਾ ਚਾਹਾਂਗਾ ਔਰ ਮੈਨੂੰ ਪੂਰੀ ਉਮੀਦ ਹੈ ਤੁਸੀਂ ਵੋਟ ਦੇ ਕੇ ਆਪਣੇ ਭੈਣ ਨੂੰ ਜਿਤਾਓਗੇ ਇਨਸ਼ਾਅੱਲਾ ਤੁਹਾਡੇ ਸਭ ਦਾ ਬਹੁਤ ਸ਼ੁਕਰੀਆ ਬੜਾ ਇਸਤਕਬਾਲ ਕੀਤਾ ਬੜੇ ਅੱਛੇ ਤਰੀਕੇ ਨਾਲ ਚੇਅਰਮੈਨ ਮਕਬੂਲ ਸਾਹਿਬ ਦਾ ਬਹੁਤ ਸ਼ੁਕਰੀਆ ਬਾਕੀ ਮੁਰੱਵਤ ਭਾਈ ਦਾ ਬਹੁਤ ਸ਼ੁਕਰੀਆ ਸਭ ਦਾ ਬਹੁਤ ਸ਼ੁਕਰੀਆ ਕਿ ਮੈਨੂੰ ਇੱਥੇ ਬੁਲਾਇਆ ਮੈਨੂੰ ਇੱਜ਼ਤ ਅਫਜ਼ਾਈ ਦਿੱਤੀ ਮੈਨੂੰ ਔਰ ਇੰਜੀ ਹਮੇਸ਼ਾ ਆਪਣੀ ਭੈਣ ਦੇ ਨਾਲ ਹੀ ਖਲੋਤੇ ਰਹੋ ਕਿ ਮੈਂ ਜਿੱਧਰ ਵੇਖਾਂ ਮੈਨੂੰ ਇਹੀ ਲੱਗੇ ਕਿ ਚੌਧਰੀ ਅਬਦੁਲ ਰਹਿਮਾਨ ਪਰਦੇਸ਼ਾ ਹੀ ਖਲੋਤਾ ਮੇਰੇ ਨਾਲ ਬਾਕੀ ਇੱਕ ਵਾਰੀ ਸਭ ਤੁਹਾਡਾ ਬਹੁਤ ਸ਼ੁਕਰੀਆ ਭਰਾਵਾਂ ਦਾ ਹੁਣ ਮੈਨੂੰ ਦਿਓ ਇਜਾਜ਼ਤ ਬਾਕੀ ਤੁਹਾਨੂੰ ਦੋਵਾਂ ਟੀਮਾਂ ਨੂੰ ਜਿਹੜੀ ਵੀ ਜਿੱਤੇਗੀ ਮੇਰੇ ਵੱਲੋਂ ਬਹੁਤ ਮੁਬਾਰਕ ਹੋਵੇ ਅੱਛਾ ਜੀ ਅਸਲਾਮ ਵਾਲੇਕੁਮ।